ਪ੍ਰਾਈਮ ਏਸ਼ੀਆ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਟੈਣਾ। ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਖਬਰਸਾਰ ਲੈ ਕੇ ਹਾਜ਼ਰ ਹਾਂ ਅਤੇ ਚਲੰਤ ਖਬਰਾਂ ਜੋ ਵੱਖ ਵੱਖ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੋਈਆਂ ਨੇ ਉਹਨਾਂ ਦੇ ਉੱਤੇ ਟਿੱਪਣੀਆਂ ਕਰਾਂਗੇ ਅਤੇ ਅੱਜ ਦੀਆਂ ਸਾਰੀਆਂ ਅਖਬਾਰਾਂ ਦੇ ਵਿੱਚ ਹੀ ਭਾਵੇਂ ਉਹ ਅੰਗਰੇਜ਼ੀ ਅਖਬਾਰਾਂ ਨੇ, ਉਰਦੂ ਨੇ, ਪੰਜਾਬੀ ਨੇ ਜਾਂ ਹਿੰਦੀ, ਉਹਨਾਂ ਦੇ ਵਿੱਚ ਮਾਣਯੋਗ ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਇੱਕ ਫੈਸਲੇ ਨਾਲ ਸੰਬੰਧਿਤ ਖਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਖਬਰ ਦੇ ਵਿੱਚ ਮਾਣਯੋਗ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉੱਤਰ ਪ੍ਰਦੇਸ਼ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਅਤੇ ਸਰਕਾਰੀ ਬੰਗਲਿਆਂ ਦੇ ਉੱਤੇ ਹਾਲੇ ਵੀ ਕਬਜ਼ਾ ਕਰੀ ਬੈਠੇ ਨੇ, ਉਹਨਾਂ ਨੂੰ ਇਹ ਬੰਗਲੇ 2 ਮਹੀਨੇ ਦੇ ਵਿੱਚ ਛੱਡਣੇ ਪੈਣਗੇ। ਆਪਣੇ ਤੌਰ ਦੇ ਉੱਤੇ ਮਾਣਯੋਗ ਅਦਾਲਤ ਨੇ ਬੜਾ ਖੂਬਸੂਰਤ ਇਹ ਫੈਸਲਾ ਸੁਣਾਇਆ ਏ, ਕਿਉਂਕਿ ਜਦੋਂ ਮੁੱਖ ਮੰਤਰੀ ਸਾਬਕਾ ਹੋ ਗਏ ਤਾਂ ਫਿਰ ਬੰਗਲਿਆਂ ਨੂੰ ਸਾਬਕਾ ਕਿਉਂ ਨਹੀਂ ਕੀਤਾ ਜਾਂਦਾ, ਉਹਨਾਂ ਬੰਗਲਿਆਂ ਦੇ ਉੱਤੇ ਫਿਰ ਵੀ ਕਬਜ਼ਾ ਕਿਉਂ ਰੱਖਿਆ ਜਾਂਦਾ ਏ। ਇਹ ਗੱਲ ਵੈਸੇ ਉੱਤਰ ਪ੍ਰਦੇਸ਼ ਦੇ ਵਿੱਚ ਹੀ ਨਹੀਂ ਦੇਖਣ ਨੂੰ ਮਿਲਦੀ, ਇਹ ਭਾਰਤ ਦੇ ਹੋਰ ਵੀ ਵੱਖ ਵੱਖ ਸੂਬਿਆਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਇਹ ਆਪਾਂ ਸਾਰੇ ਜਾਣਦੇ ਹਾਂ ਕਿ ਰਾਜਨੀਤਿਕ ਲੋਕ ਨੇ ਜਿਹੜੇ ਉਹ ਆਪਣੇ ਪ੍ਰਭਾਵ ਦੇ ਸਦਕਾ, ਆਪਣੀ ਚੌਧਰ ਦੇ ਸਦਕਾ ਅਤੇ ਆਪਣੇ ਹੋਰ ਪੈਸੇ ਦੇ ਜ਼ੋਰ ਦੇ ਸਦਕਾ ਉਹ ਕੁਝ ਸਾਨੂੰ ਕਰਦੇ ਦਿਸਦੇ ਨੇ ਜਿਹੜੇ ਕੁਝ ਦਾ ਕਿਆਸ ਆਮ ਲੋਕਾਂ ਨੇ ਕਦੇ ਕੀਤਾ ਵੀ ਨਹੀਂ ਹੁੰਦਾ। ਕਦੇ ਕਦੇ ਇਹ ਵੀ ਗੱਲ ਸੋਚੀਦੀ ਹੈ ਕਿ ਇਹ ਲੋਕ ਸਾਨੂੰ ਇਮਾਨਦਾਰੀ ਦਾ ਕੀ ਪਾਠ ਪੜਾਉਣਗੇ ਜਿਹੜੇ ਖੁਦ ਇਮਾਨਦਾਰ ਨਹੀਂ, ਇਹ ਲੋਕ ਸਾਨੂੰ ਆਪਣੇ ਹੱਕਾਂ ਦੇ ਲਈ ਲੜਨ ਦੇ ਲਈ ਕਿਵੇਂ ਪ੍ਰੇਰਿਤ ਕਰਨਗੇ ਜਦੋਂ ਇਹ ਆਪ ਕੁੱਕੜਾਂ ਵਾਂਗ ਲੜਦੇ ਨੇ। ਸੋ ਸਾਨੂੰ ਰਾਜਨੀਤਿਕ ਲੋਕਾਂ ਦੀਆਂ ਤਿਕੜਮਬਾਜ਼ੀਆਂ ਤੋਂ ਤਾਂ ਆਪ ਹੀ ਸਮਝਣ ਦੀ ਲੋੜ ਹੈ। ਪਰ ਸੁਪਰੀਮ ਕੋਰਟ ਨੇ ਜੋ ਫੈਸਲਾ ਸੁਣਾਇਆ ਏ ਉਹਦੇ ਮੁਤਲਕ ਅਜੀਤ ਅਖਬਾਰ ਦੇ ਵੱਲੋਂ ਆਪਣੇ ਮੁੱਖ ਸਫ਼ੇ ਦੇ ਉੱਤੇ ਖਬਰ ਨੂੰ ਇਸ ਤਰੀਕੇ ਨਾਲ ਪ੍ਰਕਾਸ਼ਿਤ ਕੀਤਾ ਗਿਆ ਕਿ ਉੱਤਰ ਪ੍ਰਦੇਸ਼ ਦੇ 6 ਸਾਬਕਾ ਮੁੱਖ ਮੰਤਰੀਆਂ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਮਿਲਿਆ ਏ। ਸੁਪਰੀਮ ਕੋਰਟ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਉਮਰ ਭਰ ਸਰਕਾਰੀ ਰਿਹਾਇਸ਼ ਦੇ ਅਧਿਕਾਰੀ ਨਹੀਂ ਹਨ। ਇਹਨਾਂ ਮੁੱਖ ਮੰਤਰੀਆਂ ਵਿੱਚ ਨਰਾਇਣ ਦੱਤ ਤਿਵਾੜੀ, ਮੁਲਾਇਮ ਸਿੰਘ ਯਾਦਵ, ਰਾਜਨਾਥ ਸਿੰਘ, ਮਾਇਆਵਤੀ, ਕਲਿਆਣ ਸਿੰਘ ਅਤੇ ਰਾਮ ਨਰੇਸ਼ ਯਾਦਵ ਦੇ ਨਾਂ ਸ਼ਾਮਲ ਨੇ। ਜੱਜ ਅਲਿਨ ਆਰ ਦਵੇ ਦੀ ਅਗਵਾਈ ਹੇਠਲੇ ਬੈਂਚ ਨੇ ਸਾਲ 2004 ਦੀ ਇੱਕ ਪਟੀਸ਼ਨ ਉੱਤੇ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਅਜਿਹੀ ਕੋਈ ਵੀ ਸਰਕਾਰੀ ਰਿਹਾਇਸ਼ 2 ਜਾਂ 3 ਮਹੀਨੇ ਵਿੱਚ ਖਾਲੀ ਕਰ ਦਿੱਤੀ ਜਾਣੀ ਚਾਹੀਦੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਅਸੀਂ ਇਹ ਗੱਲ ਕਹਾਂਗੇ, ਮਾਣਯੋਗ ਜੱਜ ਸਾਹਿਬਾਨ ਦੇ ਵੱਲੋਂ ਜੋ ਕਿਹਾ ਗਿਆ ਏ ਉਹ ਬਿਲਕੁਲ ਆਪਣੀ ਥਾਂ ਦੇ ਉੱਤੇ ਸਹੀ ਹੈ। ਅਸੀਂ ਇਸ ਗੱਲ ਦੇ ਉੱਤੇ ਅਕਸਰ ਹੈਰਾਨ ਹੁੰਦੇ ਹਾਂ ਕਿ ਜੇਕਰ ਕਿਸੇ ਇਨਸਾਨ ਨੇ ਜੋ ਸਧਾਰਨ ਵਿਅਕਤੀ ਹੈ ਉਹਦੇ ਵੱਲੋਂ ਕਰਜ਼ਾ ਲੈ ਕੇ ਲੋਨ ਲੈ ਕੇ ਘਰ ਲਿਆ ਗਿਆ ਹੋਵੇ, ਉਹਦੀਆਂ ਕੁਝ ਕੁ ਕਿਸ਼ਤਾਂ ਟੁੱਟ ਜਾਣ ਤਾਂ ਬਾਅਦ ਦੇ ਵਿੱਚ ਬੈਂਕਾਂ ਵਾਲੇ ਉਸ ਸੰਬੰਧਿਤ ਬੰਦੇ ਦਾ ਜਲੂਸ ਕੱਢ ਮਾਰਦੇ ਨੇ। ਪਰ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ, ਉਹ ਬੇਸ਼ੱਕ ਮੈਂਬਰ ਪਾਰਲੀਮੈਂਟ ਨੇ, ਬੇਸ਼ੱਕ MLA ਨੇ, ਬੇਸ਼ੱਕ ਉਸ ਤੋਂ ਉੱਪਰਲੇ ਅਹੁਦਿਆਂ ਵਾਲੇ ਮੁੱਖ ਮੰਤਰੀ ਸਾਹਿਬ ਨੇ, ਉਹਨਾਂ ਦੇ ਵੱਲੋਂ ਕਈ ਵਾਰ ਸਰਕਾਰੀ ਰਿਹਾਇਸ਼ਾਂ ਨਹੀਂ ਛੱਡੀਆਂ ਜਾਂਦੀਆਂ ਅਤੇ ਸੰਬੰਧਿਤ ਵਿਭਾਗ ਨੇ ਜਿਹੜੇ ਉਹ ਵੀ ਚੁੱਪ ਵੱਟ ਕੇ ਬੈਠ ਜਾਂਦੇ ਨੇ, ਉਹਨਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਜਿਹੜੀਆਂ ਉਹ ਉਹਨਾਂ ਦੀ ਪੇਸ਼ ਚੱਲਣ ਨਹੀਂ ਦਿੰਦੀਆਂ। ਸੋ ਇਸ ਮਾਮਲੇ ਦੇ ਉੱਤੇ ਸੋਚ ਵਿਚਾਰ ਕਰਨੀ ਬਣਦੀ ਹੈ ਕਿ ਨਿਯਮ ਕਾਨੂੰਨ ਆਮ ਲੋਕਾਂ ਲਈ ਹੋਰ ਅਤੇ ਜਿਹੜੇ ਜੱਬੇ ਵਾਲੇ ਲੋਕ ਨੇ, ਤਕੜੇ ਲੋਕ ਨੇ, ਉਹਨਾਂ ਦੇ ਲਈ ਹੋਰ ਕਿਉਂ ਹੁੰਦੇ ਨੇ। ਇਹਦੇ ਨਾਲ ਇਹ ਵੀ ਦੱਸਣਾ ਬਣਦਾ ਕਿ ਇਹ ਮਾਮਲਾ ਸਿਰਫ ਉੱਤਰ ਪ੍ਰਦੇਸ਼ ਦੇ ਨਾਲ ਹੀ ਸੰਬੰਧਿਤ ਨਹੀਂ ਹੈ। ਪੰਜਾਬ ਦੇ ਵਿੱਚ ਬੀਬੀ ਰਜਿੰਦਰ ਕੌਰ ਪੱਠਲ ਨੇ ਵੀ ਸਾਬਕਾ ਮੁੱਖ ਮੰਤਰੀ ਹੁੰਦਿਆਂ ਲੰਮਾ ਸਮਾਂ ਚੰਡੀਗੜ੍ਹ ਵਾਲੀ ਸਰਕਾਰੀ ਰਿਹਾਇਸ਼ ਨਹੀਂ ਸੀ ਛੱਡੀ। ਵਾਰ ਵਾਰ ਅਪੀਲਾਂ ਕੀਤੀਆਂ ਗਈਆਂ, ਬੇਨਤੀਆਂ ਕੀਤੀਆਂ ਗਈਆਂ ਅਤੇ ਮਿੰਨਤਾਂ ਕੀਤੀਆਂ ਗਈਆਂ ਤਾਂ ਉਹਨਾਂ ਨੇ ਜਾ ਕੇ ਆਪਣੀ ਕਿਤੇ ਰਿਹਾਇਸ਼ ਛੱਡੀ ਸੀ। ਬਾਅਦ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਉਹਨਾਂ ਨੂੰ ਆਪਣੇ ਕੋਟੇ ਦੇ ਵਿੱਚੋਂ ਇੱਕ ਹੋਰ ਸਰਕਾਰੀ ਕੋਠੀ ਅਲਾਟ ਕਰ ਦਿੱਤੀ ਸੀ। ਜਿਹੜੇ ਸੁਰਜੀਤ ਸਿੰਘ ਬਰਨਾਲਾ ਨੇ ਸਾਬਕਾ ਮੁੱਖ ਮੰਤਰੀ, ਉਹਨਾਂ ਦੇ ਵੱਲੋਂ ਵੀ ਕਿਸੇ ਵਕਤ ਸਰਕਾਰੀ ਰਿਹਾਇਸ਼ ਨੂੰ ਨਹੀਂ ਸੀ ਛੱਡਿਆ ਗਿਆ ਅਤੇ ਹੁਣ ਵੀ ਕਈ ਤਰ੍ਹਾਂ ਦੀਆਂ ਖਬਰਾਂ ਉਹਨਾਂ ਦੇ ਬਾਬਤ ਆਉਂਦੀਆਂ ਰਹੀਆਂ ਨੇ। ਸੋ ਕਹਿਣ ਦਾ ਭਾਵ ਇਹ ਹੈ ਕਿ ਸਰਕਾਰੀ ਰਿਹਾਇਸ਼ਾਂ ਦਾ ਮੋਹ ਪਾਲਣ ਵਾਲੇ ਇਹ ਲੋਕ ਨਿਯਮਾਂ ਤੋਂ, ਅਨੁਸ਼ਾਸਨ ਤੋਂ ਅਤੇ ਹਕੀਕਤਾਂ ਤੋਂ, ਤਿੰਨਾਂ ਗੱਲਾਂ ਤੋਂ ਜਦੋਂ ਮੂੰਹ ਮੋੜ ਲੈਂਦੇ ਨੇ ਤਾਂ ਕਈ ਤਰ੍ਹਾਂ ਦੇ ਸਵਾਲ ਆਮ ਲੋਕਾਂ ਦੇ ਜ਼ਿਹਨ ਦੇ ਵਿੱਚ ਖੜ੍ਹੇ ਹੋ ਜਾਂਦੇ ਨੇ। ਗੁਜਰਾਤ ਦੀ ਮੁੱਖ ਮੰਤਰੀ ਆਨੰਦੀ ਬੇਨ ਪਟੇਲ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਆਨੰਦੀ ਬੇਨ ਪਟੇਲ ਗੁਜਰਾਤ ਦੇ ਵਿੱਚ ਉਹਨਾਂ ਲੋਕਾਂ ਦੇ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਨਰਿੰਦਰ ਮੋਦੀ ਦੇ ਖਾਸਮ ਖਾਸ ਲੋਕਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਨਰਿੰਦਰ ਮੋਦੀ ਹੋਰਾਂ ਨੇ ਉਹਨਾਂ ਦੀ ਨਿਯੁਕਤੀ ਇਸ ਕਰਕੇ ਕੀਤੀ ਸੀ ਤਾਂ ਜੋ ਪਟੇਲ ਭਾਈਚਾਰੇ ਦੀ ਵੋਟ ਨਾਲ ਗੰਢੀ ਜਾ ਸਕੇ, ਕਿਉਂਕਿ ਪਹਿਲਾਂ ਇਹ ਵੋਟ ਖਿਲਰੀ ਫਿਰਦੀ ਸੀ ਅਤੇ ਗੁਜਰਾਤ ਦੇ ਵਿੱਚ ਪਟੇਲ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਵੀ ਹੈ ਅਤੇ ਉੱਥੇ ਬਹੁਤ ਵੱਡੀ ਮੈਜੋਰਿਟੀ ਵੀ ਹੈ।
ਪਰ ਹੁਣ ਆਨੰਦੀਬੇਨ ਪਟੇਲ ਦੇ ਵੱਲੋਂ ਦਿੱਤੇ ਗਏ ਅਸਤੀਫੇ ਦੇ ਨਾਲ ਇੱਕ ਵਾਰ ਫਿਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਨੇ ਕਿ ਉਹਨਾਂ ਨੇ ਇਹ ਅਸਤੀਫਾ ਕਿਉਂ ਦਿੱਤਾ ਹੋਇਆ, ਕੀ ਉਹਨਾਂ ਦੇ ਵੱਲੋਂ ਕਿਸੇ ਹੋਰ ਅਹੁਦੇ ਦੀ ਇੱਛਾ ਪਾਲੀ ਜਾ ਰਹੀ ਹੈ, ਕੀ ਜਿਹੜੀ ਰਾਸ਼ਟਰੀ ਕਮੇਟੀ ਹੈ ਭਾਜਪਾ ਦੀ ਉਹਦੇ ਵੱਲੋਂ ਦਬਾਅ ਪਾਇਆ ਗਿਆ ਆਨੰਦੀਬੇਨ ਨੇ ਤਾਂ ਅਸਤੀਫਾ ਦਿੱਤਾ। ਸਵਾਲ ਸਭ ਦੇ ਆਪੋ ਆਪਣੇ ਨੇ, ਜਵਾਬ ਕਿਸੇ ਵੱਲੋਂ ਹਾਲੇ ਤੱਕ ਨਹੀਂ ਮਿਲਿਆ, ਪਰ ਜਗਬਾਣੀ ਅਖਬਾਰ ਨੇ ਇਸ ਖਬਰ ਨੂੰ ਇਸ ਤਰੀਕੇ ਨਾਲ ਪ੍ਰਕਾਸ਼ਿਤ ਕੀਤਾ ਹੈ ਕਿ ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਅਸਤੀਫੇ ਨੂੰ ਪ੍ਰਵਾਨ ਕਰਨ ਸੰਬੰਧੀ ਫੈਸਲਾ ਭਾਜਪਾ ਦੀ ਸੰਸਦੀ ਬੋਰਡ ਦੀ ਹੋਣ ਵਾਲੀ ਮੀਟਿੰਗ ਦੇ ਵਿੱਚ ਲਿਆ ਜਾਏਗਾ। ਮੁੱਖ ਮੰਤਰੀ ਨੇ ਆਪਣੀ ਫੇਸਬੁੱਕ ਸਫ਼ੇ ਦੇ ਉੱਤੇ ਇਸ ਬਾਰੇ ਜਨਤਕ ਤੌਰ ਦੇ ਉੱਤੇ ਲਿਖਤੀ ਅਤੇ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਪਾਰਟੀ ਵੱਲੋਂ 75 ਸਾਲ ਤੋਂ ਵੱਧ ਦੀ ਉਮਰ ਵਾਲਿਆਂ ਨੂੰ ਅਹੁਦੇ ਤੋਂ ਮੁਕਤ ਕਰਨ ਦੀ ਇੱਕ ਵਧੀਆ ਪਰੰਪਰਾ ਸ਼ੁਰੂ ਕੀਤੀ ਗਈ ਹੈ ਤਾਂ ਜੋ ਨਵੀਂ ਪੀੜ੍ਹੀ ਨੂੰ ਵੀ ਮੌਕਾ ਮਿਲੇ। ਮੈਂ ਵੀ ਇਸ ਸਾਲ ਨਵੰਬਰ ਵਿੱਚ 75 ਸਾਲ ਦੀ ਹੋ ਜਾਵਾਂਗੀ। 2017 ਦੇ ਅਖੀਰ ਤੱਕ ਗੁਜਰਾਤ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ। ਜਨਵਰੀ 2017 ਦੇ ਵਿੱਚ ਅਹਿਮ ਨਿਵੇਸ਼ ਸੰਮੇਲਨ ਵਾਈਬ੍ਰੈਂਟ ਗੁਜਰਾਤ ਸਮਿਟ ਵੀ ਹੋ ਰਿਹਾ ਹੈ। ਇਸ ਲਈ ਮੇਰੀ ਥਾਂ ਦੇ ਉੱਤੇ ਨਵੇਂ ਮੁੱਖ ਮੰਤਰੀ ਨੂੰ ਇਸ ਦੀ ਤਿਆਰੀ ਵਾਸਤੇ ਸਮਾਂ ਮਿਲਣਾ ਚਾਹੀਦਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਅਸੀਂ ਇਹ ਗੱਲ ਕਹਾਂਗੇ ਕਿ ਆਨੰਦੀਬੇਨ ਪਟੇਲ ਦੇ ਕੋਲੋਂ ਅਸਤੀਫਾ ਮੰਗਿਆ ਜਾ ਰਿਹਾ ਹੈ ਕਮੇਟੀ ਦੇ ਵੱਲੋਂ, ਭਾਜਪਾ ਦੇ ਵੱਲੋਂ। ਇਹ ਖਬਰ ਮਾਰਚ ਮਹੀਨੇ ਦੇ ਵਿੱਚ ਵੀ ਆਈ ਸੀ, ਪਰ ਉਸ ਵਕਤ ਇਸ ਖਬਰ ਨੂੰ ਇੰਨਾ ਬਲ ਨਹੀਂ ਸੀ ਮਿਲਿਆ, ਇਹ ਮੀਡੀਆ ਦੇ ਵਿੱਚ ਇੰਨੀ ਉੱਭਰ ਕੇ ਸਾਹਮਣੇ ਨਹੀਂ ਸੀ ਆਈ। ਹੁਣ ਜਦੋਂ ਆਨੰਦੀਬੇਨ ਦੇ ਵੱਲੋਂ ਆਪਣੇ ਅਹੁਦੇ ਤੋਂ ਆਪ ਹੀ ਅਸਤੀਫਾ ਦਿੱਤਾ ਗਿਆ ਹੈ ਤਾਂ ਇਹ ਵੀ ਮੰਨਿਆ ਜਾ ਰਿਹਾ ਹੈ ਕੁਝ ਲੋਕਾਂ ਦੇ ਵੱਲੋਂ ਕਿ ਹੋ ਸਕਦਾ ਹੈ ਭਾਜਪਾ ਦੇ ਵੱਲੋਂ ਕਿਸੇ ਵੀ ਸੂਬੇ ਦੇ ਵਿੱਚ ਆਨੰਦੀਬੇਨ ਨੂੰ ਰਾਜਪਾਲ ਦਾ ਅਹੁਦਾ ਦੇ ਦਿੱਤਾ ਜਾਵੇ। ਇਹ ਕੀ ਬਣੇਗਾ ਕੀ ਨਹੀਂ ਬਣੇਗਾ, ਇਹ ਵਕਤ ਦੇ ਗਰਭ ਦੇ ਵਿੱਚ ਲੁਕੀਆਂ ਹੋਈਆਂ ਗੱਲਾਂ ਨੇ, ਪਰ ਮੰਨਿਆ ਇਹ ਜਾ ਰਿਹਾ ਕਿ ਗੁਜਰਾਤ ਦੇ ਵਿੱਚ ਦਲਿਤ ਭਾਈਚਾਰੇ ਦੇ ਉੱਤੇ ਕੁੱਟਮਾਰ ਦਾ ਜੋ ਮਾਮਲਾ ਸਾਹਮਣੇ ਆਇਆ, ਗੁਜਰਾਤ ਦੇ ਵਿੱਚ ਪਟੇਲਾਂ ਦੇ ਵੱਲੋਂ ਰਾਖਵੇਂ ਕਰਨ ਦੇ ਨਾਂ ਦੇ ਉੱਤੇ ਜਿਹੜਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਇਹਨਾਂ ਮਾਮਲਿਆਂ ਦੇ ਵਿੱਚ ਆਨੰਦੀਬੇਨ ਪਟੇਲ ਦੀ ਸਰਕਾਰ ਦੇ ਵੱਲੋਂ ਕੋਈ ਬਹੁਤੀ ਵਧੀਆ ਭੂਮਿਕਾ ਨਹੀਂ ਕੀਤੀ ਜਾ ਸਕੀ ਅਦਾ। ਇਸ ਕਰਕੇ ਉਹਨਾਂ ਨੂੰ ਪਰੇ ਕਰਕੇ ਕਿਸੇ ਹੋਰ ਜੱਬੇ ਵਾਲੇ ਪ੍ਰਭਾਵ ਵਾਲੇ ਵਿਅਕਤੀ ਨੂੰ ਇਸ ਅਹੁਦੇ ਦੇ ਉੱਤੇ ਬਿਠਾਇਆ ਜਾਏਗਾ। ਨਵਾਂ ਕੌਣ ਹੋਏਗਾ ਇਹਦੇ ਬਾਬਤ ਕੁਝ ਕਹਿ ਨਹੀਂ ਸਕਦੇ, ਪਰ ਪੁਰਾਣੇ ਦੇ ਵੱਲੋਂ ਅਹੁਦਾ ਛੱਡਣਾ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜ੍ਹੇ ਕਰ ਗਿਆ ਹੈ। ਖਬਰਾਂ ਦੇ ਉੱਤੇ ਵਿਚਾਰ ਚਰਚਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਪਹਿਲਾਂ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ। ਸਤਿ ਸ਼੍ਰੀ ਅਕਾਲ, ਮੈਂ ਹਾਂ ਨੀਰੂ ਬਾਜਵਾ ਅਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਚੱਲਦੇ ਹਾਂ ਕੁਝ ਹੋਰ ਖਬਰਾਂ ਵੱਲ। ਸਾਰੀਆਂ ਅਖਬਾਰਾਂ ਦੇ ਵੱਲੋਂ ਅੱਜ ਸੁਨੀਲ ਜਾਖੜ ਜਿਹੜੇ ਕਿ ਸਾਬਕਾ ਨੇਤਾ ਨੇ ਵਿਰੋਧੀ ਧਿਰ ਦੇ ਕਾਂਗਰਸ ਦੀ ਤਰਫੋਂ ਵਿਧਾਨ ਸਭਾ ਦੇ, ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਨੂੰ ਅਕਾਲੀ ਦਲ ਦੇ ਵੱਲੋਂ ਮਾਂਜਿਆ ਕਿਵੇਂ ਗਿਆ। ਫਤਿਹਗੜ੍ਹ ਚੂੜੀਆਂ ਦੇ ਵਿੱਚ ਉਹ ਗਏ ਸਨ ਗੱਲਬਾਤ ਕਰਨ ਦੇ ਲਈ ਪਾਰਟੀ ਦੇ ਵਰਕਰਾਂ ਦੇ ਨਾਲ। ਉੱਥੇ ਜਾ ਕੇ ਇਹਨਾਂ ਨੇ ਚੰਗਾ ਤੋੜਾ ਝਾੜਿਆ ਆਮ ਆਦਮੀ ਪਾਰਟੀ ਦੇ ਉੱਤੇ ਵੀ ਅਤੇ ਅਕਾਲੀ ਦਲ ਦੀਆਂ ਨੀਤੀਆਂ ਦੇ ਉੱਤੇ ਵੀ। ਸੁਨੀਲ ਜਾਖੜ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਨੂੰ ਜਿੰਨੀਆਂ ਵੀ ਦਰਪੇਸ਼ ਚੁਣੌਤੀਆਂ ਨੇ ਇਹ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਦਾ ਹੀ ਸਿੱਟਾ ਏ। ਸੁਨੀਲ ਜਾਖੜ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆ ਜਾਂਦੀ ਹੈ ਤਾਂ ਵਾਰੀ ਨਿਆਰੇ ਹੋ ਜਾਣਗੇ, ਪੰਜਾਬ ਸੱਚੀ ਮੁੱਚੀ ਕੈਲੀਫੋਰਨੀਆ ਬਣ ਜਾਏਗਾ। ਇਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਕੁਝ ਅੱਜ ਹੋ ਰਿਹਾ ਹੈ ਉਹ ਗਲਤ ਹੈ ਅਤੇ ਜੋ ਕੁਝ ਗਲਤ ਹੋ ਰਿਹਾ ਹੈ ਇਹ ਸਹੀ ਤਾਂ ਹੀ ਹੋਏਗਾ ਜੇਕਰ ਸਾਡੀ ਪਾਰਟੀ ਦੀ ਸਰਕਾਰ ਆਵੇਗੀ। ਪਰ ਇਹਨਾਂ ਨੇ ਦੱਬੀ ਜ਼ੁਬਾਨ ਦੇ ਵਿੱਚ ਇਹ ਵੀ ਗੱਲ ਕਬੂਲ ਕੀਤੀ ਹੈ ਕਿ ਕਾਂਗਰਸ ਪਾਰਟੀ ਨੂੰ ਇੱਕਜੁੱਟ ਹੋਣ ਦੀ ਲੋੜ ਹੈ। ਜਿਹੜੇ ਧੜੇ ਬਣੇ ਨੇ, ਜਿਹੜੀ ਇੱਕ ਤੋਂ ਦੂਜੀ ਥਾਂ ਦੇ ਉੱਤੇ ਵਿਰੋਧਤਾ ਦੀ ਗੱਲ ਚੱਲਦੀ ਹੈ ਇਹਦੇ ਉੱਤੇ ਪੋਚਾ ਮਾਰਨ ਦੀ ਜ਼ਰੂਰਤ ਹੈ। ਇਹਨਾਂ ਨੇ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਕਹੀਆਂ ਨੇ ਫਤਿਹਗੜ੍ਹ ਚੂੜੀਆਂ ਦੇ ਵਿੱਚ ਜਾ ਕੇ, ਇਹਦਾ ਵੇਰਵਾ ਇਸ ਤਰੀਕੇ ਨਾਲ ਅਜੀਤ ਅਖਬਾਰ ਦੇ ਵਿੱਚ ਪੇਸ਼ ਕੀਤਾ ਗਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਪੰਥ ਅਤੇ ਪਾਣੀਆਂ ਦੇ ਨਾਂ ਉੱਤੇ ਵੋਟਾਂ ਲਈਆਂ ਨੇ, ਪਰ ਹੁਣ ਉਹਨਾਂ ਨੂੰ ਸਿਆਸੀ ਲਾਲਚ ਛੱਡ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਪਾਣੀਆਂ ਦਾ ਮਸਲਾ ਹੱਲ ਕਰਵਾਉਣਾ ਚਾਹੀਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਕੁਮਾਰ ਜਾਖੜ ਨੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਹਲਕਾ ਫਤਿਹਗੜ੍ਹ ਚੂੜੀਆਂ ਦੀ ਕਰਵਾਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਨੇ ਕਿਹਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ਵਿੱਚ ਕੋਈ ਸੌਦੇਬਾਜ਼ੀ ਹੋਈ ਜਾਪਦੀ ਹੈ।
ਕਿਉਂਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਹਿਜਧਾਰੀ ਬਿੱਲ ਬਾਦਲ ਦੇ ਕਹਿਣ ਉੱਤੇ ਪਾਸ ਕਰ ਸਕਦੇ ਨੇ ਤਾਂ ਬਾਦਲ ਪਾਣੀ ਦਾ ਮਸਲਾ ਕੇਂਦਰ ਤੋਂ ਕਿਉਂ ਨਹੀਂ ਹੱਲ ਕਰਵਾਉਂਦੇ। ਉਹਨਾਂ ਨੇ ਕਿਹਾ ਕਿ SYL ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਅਕਾਲੀਆਂ ਦੇ ਤਸ਼ੱਦਦ ਦੀ ਇੰਤਹਾ ਹੋ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਕਾਲੀਆਂ ਦੀ ਮਦਦ ਨਾਲ ਚਿੱਟੇ ਦਾ ਕਾਰੋਬਾਰ ਹੋ ਰਿਹਾ ਹੈ ਅਤੇ ਇਹ ਲੋਕਾਂ ਦੇ ਘਰ ਬਰਬਾਦ ਕਰਕੇ ਹੁਣ ਆਪਣੀਆਂ ਜੇਬਾਂ ਭਰ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਅਸੀਂ ਇਹ ਗੱਲ ਕਹਾਂਗੇ, ਸੁਨੀਲ ਜਾਖੜ ਹੋਰਾਂ ਨੇ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਚੰਗਾ ਤੋੜਾ ਝਾੜਿਆ ਏ। ਇਹਦੇ ਉੱਤੇ ਸਾਨੂੰ ਕਿਸੇ ਕਿਸਮ ਦੀ ਕੋਈ ਹੈਰਾਨੀ ਨਹੀਂ ਹੁੰਦੀ। ਕੱਲ੍ਹ ਨੂੰ ਜਦੋਂ ਅਕਾਲੀ ਬੋਲਣਗੇ ਉਹਨਾਂ ਨੇ ਇਹ ਗੱਲ ਕਹਿਣੀ ਹੈ ਕਿ ਕਾਂਗਰਸ ਨੇ ਜਿੰਨਾ ਨੁਕਸਾਨ ਕੀਤਾ ਪੰਜਾਬ ਦਾ ਉਨਾ ਅੱਜ ਤੱਕ ਹੋਇਆ ਕਦੇ ਨਹੀਂ ਸੀ। ਇਹਨਾਂ ਨੇ ਇਹ ਵੀ ਗੱਲ ਕਹਿਣੀ ਹੈ ਕਿ 1984 ਦੇ ਸਿੱਖ ਕਤਲੇਆਮ ਦੀ ਦੋਸ਼ੀ ਪਾਰਟੀ ਹੈ ਕਾਂਗਰਸ, ਇਸ ਕਰਕੇ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ। ਇਹਨਾਂ ਨੇ ਇਹ ਵੀ ਗੱਲ ਕਹਿਣੀ ਹੈ ਕਿ ਇੰਦਰਾ ਗਾਂਧੀ ਦੇ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਦਾ ਟੱਕ ਲਾਇਆ ਗਿਆ ਸੀ, ਇਸ ਕਰਕੇ ਇਹ ਪੰਜਾਬ ਦੇ ਪਾਣੀਆਂ ਦੀ ਦੁਸ਼ਮਣ ਪਾਰਟੀ ਹੈ। ਇਹ ਸਾਰੀਆਂ ਉਹ ਗੱਲਾਂ ਨੇ ਜਿਹੜੀਆਂ ਗੱਲਾਂ ਦਾ ਕਦੇ ਵੀ ਕੋਈ ਤਣ ਪੱਤਣ ਨਹੀਂ ਨਿਕਲਣਾ, ਕੋਈ ਨੜਾ ਲੜ ਪੱਲਾ ਕਿਸੇ ਦੇ ਹੱਥ ਨਹੀਂ ਆਉਣਾ। ਪਰ ਜੋ ਗੱਲਾਂ ਕੱਲ੍ਹ ਸੁਨੀਲ ਜਾਖੜ ਨੇ ਹੋਰ ਕਹੀਆਂ ਨੇ ਉਹਨਾਂ ਨੇ ਸਭ ਦਾ ਧਿਆਨ ਖਿੱਚਿਆ ਏ। ਇਹਨਾਂ ਦੇ ਵੱਲੋਂ ਥੋੜ੍ਹੀ ਜਿਹੀ ਅਸਭਿਅਕ ਸ਼ਬਦਾਵਲੀ ਵੀ ਵਰਤੀ ਗਈ ਹੈ। ਇਹਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਕਈ ਆਗੂ ਅਤੇ ਕਈ ਸਮਰਥਕ ਉੱਲੂ ਦੇ ਪੱਠੇ ਬਣ ਚੁੱਕੇ ਆ। ਇਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਹਲਕਿਆਂ ਦੇ ਇੰਚਾਰਜ ਨਹੀਂ ਲਾਏ, ਸਗੋਂ ਹਲਕੇ ਹੋਏ ਇੰਚਾਰਜ ਲਾ ਦਿੱਤੇ ਨੇ। ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਨਰਮੇ ਦਾ ਉਨਾ ਨੁਕਸਾਨ ਚਿੱਟੀ ਮੱਖੀ ਨੇ ਨਹੀਂ ਕੀਤਾ ਜਿੰਨਾ ਕਿ ਨੀਲੀ ਮੱਖੀ ਨੇ ਕਰ ਦਿੱਤਾ ਹੈ, ਕਿਉਂਕਿ ਅਕਾਲੀ ਦਲ ਦੇ ਆਗੂਆਂ ਵੱਲੋਂ ਨੀਲੀਆਂ ਪੱਗਾਂ ਬੰਨੀਆਂ ਜਾਂਦੀਆਂ ਨੇ, ਇਸ ਕਰਕੇ ਇਹਨਾਂ ਨੇ ਉਹਨਾਂ ਨੂੰ ਨੀਲੀ ਮੱਖੀ ਦਾ ਦਰਜਾ ਦਿੱਤਾ ਏ। ਸੋ ਮੇਰੇ ਖਿਆਲ ਦੇ ਮੁਤਾਬਕ, ਮੇਰੀ ਇਹ ਨਿੱਜੀ ਰਾਏ ਹੈ ਕਿ ਸਾਡੇ ਵਿਚਾਰਧਾਰਕ ਮਤਭੇਦ 100 ਤਰ੍ਹਾਂ ਦੇ ਹੋ ਸਕਦੇ ਨੇ, ਪਰ ਅਸਭਿਅਕ ਸ਼ਬਦਾਵਲੀ ਦੇ ਲਈ ਸਾਡੀ ਭਾਰਤੀ ਸਿਆਸਤ ਦੇ ਵਿੱਚ ਕਿਸੇ ਕਿਸਮ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ। ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਕੋਈ ਦੂਜਾ ਦਿਨ ਨਹੀਂ ਪੈਣ ਦਿੱਤਾ ਜਾਂਦਾ ਜਦੋਂ ਤਵਾ ਨਾ ਲਾਇਆ ਜਾਂਦਾ ਹੋਵੇ। ਹੁਣ ਇਹਨਾਂ ਨੇ ਆਸ਼ੀਸ਼ ਖੇਤਾਨ ਦੇ ਉੱਤੇ ਤਵਾ ਲਾਇਆ ਏ ਅਤੇ ਤਵਾ ਵੀ ਇਹਨਾਂ ਦੇ ਵੱਲੋਂ ਨੌਨ ਸਟਿੱਕ ਨਹੀਂ ਸਗੋਂ ਚੰਗਾ ਲਾਇਆ ਗਿਆ ਏ, ਕਿਉਂਕਿ ਇਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸੱਤਾ ਦੀ ਲਾਲਚੀ ਪਾਰਟੀ ਦੇ ਵੱਲੋਂ ਮਾਣਯੋਗ ਅਦਾਲਤ ਨੂੰ ਵੀ ਧੋਖੇ ਦੇ ਵਿੱਚ ਰੱਖਿਆ ਜਾ ਰਿਹਾ ਏ। ਆਪਾਂ ਜਾਣਦੇ ਹਾਂ ਕਿ ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਹੋਰੀ ਆਏ ਸੀ ਅੰਮ੍ਰਿਤਸਰ ਦੇ ਵਿੱਚ ਆਪਣੀ ਪੇਸ਼ੀ ਭੁਗਤਣ ਦੇ ਲਈ। ਉਸ ਵਕਤ ਕੇਜਰੀਵਾਲ ਹੋਰਾਂ ਨੇ ਮਜੀਠੀਆ ਨੂੰ ਚੁਣੌਤੀ ਦਿੱਤੀ ਸੀ ਕਿ 6 ਮਹੀਨੇ ਦੇ ਵਿੱਚ ਜਾਂ ਤਾਂ ਮੈਨੂੰ ਗ੍ਰਿਫਤਾਰ ਕਰ ਲਵੋ, ਨਹੀਂ ਤਾਂ ਜਦੋਂ ਸਾਡੀ ਪਾਰਟੀ ਦੀ ਸਰਕਾਰ ਆ ਗਈ ਤਾਂ ਪਹਿਲਾ ਕੰਮ ਅਸੀਂ ਮਜੀਠੀਏ ਨੂੰ ਗ੍ਰਿਫਤਾਰ ਕਰਨ ਵਾਲਾ ਕਰਨਾ। ਅਤੇ ਹੁਣ ਮਜੀਠੀਆ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਝੂਠ ਬੋਲ ਕੇ ਪੇਸ਼ੀ ਤੋਂ ਬਚੇ ਸੀ ਆਸ਼ੀਸ਼ ਖੇਤਾਨ ਹੋਰੀ। ਇਹਨਾਂ ਨੇ ਕਿਹਾ ਸੀ ਕਿ ਮੇਰੀ ਸਿਹਤ ਖਰਾਬ ਹੈ, ਇਸ ਕਰਕੇ ਮੈਂ ਅਦਾਲਤ ਦੇ ਵਿੱਚ ਆ ਨਹੀਂ ਸਕਦਾ, ਜਦਕਿ ਇਹਨਾਂ ਵੱਲੋਂ ਉਸੇ ਦਿਨ ਜਾਂ ਅਗਲੇ ਦਿਨ ਇੱਕ ਚੈਨਲ ਨੂੰ ਇੰਟਰਵਿਊ ਦਿੱਤੀ ਗਈ ਹੈ ਅਤੇ ਇਸ ਖਬਰ ਨੂੰ ਜਗਬਾਣੀ ਦੇ ਵੱਲੋਂ ਇਸ ਤਰੀਕੇ ਨਾਲ ਪ੍ਰਕਾਸ਼ਿਤ ਕੀਤਾ ਗਿਆ ਕਿ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਉੱਤੇ ਨਿਸ਼ਾਨਾ ਬਿੰਨਦਿਆਂ ਕਿਹਾ ਕਿ ਸੱਤਾ ਦੀ ਲਾਲਸਾ ਕਾਰਨ ਆਮ ਆਦਮੀ ਪਾਰਟੀ ਵੱਲੋਂ ਸਿਰਫ ਪੰਜਾਬ ਦੇ ਲੋਕਾਂ ਨੂੰ ਹੀ ਧੋਖਾ ਨਹੀਂ ਦਿੱਤਾ ਜਾ ਰਿਹਾ, ਬਲਕਿ ਅਦਾਲਤ ਨੂੰ ਵੀ ਝੂਠ ਬੋਲਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਆਸ਼ੀਸ਼ ਖੇਤਾਨ ਦੀ ਉਦਾਹਰਣ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਗੂ ਨੇ ਅੰਮ੍ਰਿਤਸਰ ਦੀ ਅਦਾਲਤ ਦੇ ਸਾਹਮਣੇ ਝੂਠ ਬੋਲਿਆ ਕਿ ਉਹ 29 ਤੋਂ 31 ਜੁਲਾਈ ਤੱਕ 3 ਦਿਨ ਦੇ ਲਈ ਬਿਮਾਰ ਹੋਣ ਕਰਕੇ ਡਾਕਟਰ ਦੇ ਕਹਿਣ 'ਤੇ ਆਰਾਮ ਕਰ ਰਹੇ ਨੇ। ਖੇਤਾਨ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ ਦੇ ਆਧਾਰ ਉੱਤੇ ਉਸ ਨੂੰ ਨਿੱਜੀ ਤੌਰ ਦੇ ਉੱਤੇ ਅਦਾਲਤ ਵਿੱਚ ਪੇਸ਼ ਹੋਣ ਤੋਂ ਛੋਟ ਦਿੱਤੀ ਗਈ, ਪਰ ਅਦਾਲਤ ਵਿੱਚ ਪੇਸ਼ ਕੀਤੇ ਗਏ ਖੇਤਾਨ ਦੇ ਝੂਠ ਤੋਂ ਉਦੋਂ ਪਰਦਾ ਉੱਠ ਗਿਆ ਜਦੋਂ ਖੇਤਾਨ ਟੈਲੀਵਿਜ਼ਨ ਉੱਤੇ ਆਪਣੀ ਪਾਰਟੀ ਦੇ ਹੱਕ ਵਿੱਚ ਬਰਸਾਤ ਕਾਰਨ ਦਿੱਲੀ ਵਿਚਲੀਆਂ ਮਾੜੀਆਂ ਸੀਵਰੇਜ ਸਹੂਲਤਾਂ ਬਾਰੇ ਬਹਿਸ ਵਿੱਚ ਹਿੱਸਾ ਲੈ ਰਹੇ ਸਨ। ਅਤੇ ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਅਸੀਂ ਇਹ ਗੱਲ ਕਹਾਂਗੇ ਕਿ ਭਾਰਤ ਦੀ ਬੇਸ਼ੱਕ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਦੀ ਅਸੀਂ ਗੱਲ ਕਰ ਲਈਏ, ਦੁੱਧ ਧੋਤਾ ਸਾਨੂੰ ਕੋਈ ਵੀ ਨਜ਼ਰ ਨਹੀਂ ਆਉਂਦਾ। ਕੋਈ ਵੀ ਇਹੋ ਜਿਹਾ ਆਗੂ ਸ਼ਾਇਦ ਨਹੀਂ ਹੋਏਗਾ ਜਿਹੜਾ 100% ਸਿਰਫ ਅਤੇ ਸਿਰਫ ਸੱਚ ਦੀ ਗੱਲ ਕਰਦਾ ਹੋਵੇ। ਆਮ ਆਦਮੀ ਪਾਰਟੀ ਕਿਉਂਕਿ ਸਾਰਿਆਂ ਦੇ ਨਿਸ਼ਾਨੇ ਉੱਤੇ ਹੈ, ਇਸ ਕਰਕੇ ਸਾਰਿਆਂ ਨੂੰ ਇਹ ਜਾਪਦਾ ਕਿ ਇਹਨਾਂ ਦੇ ਵੱਲੋਂ ਹੀ ਸਾਰਾ ਕੁਝ ਕੀਤਾ ਜਾ ਰਿਹਾ, ਇਹੀ ਮਾੜੇ ਨੇ, ਇਹੀ ਭਗੌੜੇ ਨੇ, ਇਹੀ ਗੈਰ ਪੰਜਾਬੀ ਨੇ, ਇਹਨਾਂ ਦੇ ਵੱਲੋਂ ਹੀ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਦਿੱਤਾ ਜਾਂਦਾ ਏ। ਪਰ ਲੋਕ ਜੋ ਜੋ ਮਹਿਸੂਸ ਕਰਦੇ ਨੇ ਗੱਲ ਸਿਰਫ ਉਹਦੀ ਕਰਨੀ ਚਾਹੀਦੀ ਹੈ। ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਜਿਹੜਾ ਦੋਸ਼ ਲਾਇਆ ਕਿ ਆਸ਼ੀਸ਼ ਖੇਤਾਨ ਅਦਾਲਤ ਦੇ ਵਿੱਚ ਤਾਂ ਬਿਮਾਰ ਹੋਣ ਦਾ ਬਹਾਨਾ ਕਰਕੇ ਨਹੀਂ ਆਇਆ, ਪਰ ਇੱਕ TV ਚੈਨਲ ਦੇ ਉੱਤੇ ਇੰਟਰਵਿਊ ਦੇ ਗਿਆ, ਇਹਦੇ ਸੰਬੰਧ ਦੇ ਵਿੱਚ 2-3 ਗੱਲਾਂ ਕਹੀਆਂ ਜਾ ਸਕਦੀਆਂ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਹੋ ਸਕਦਾ ਸੱਚੀ ਮੁੱਚੀ ਆਸ਼ੀਸ਼ ਨੇ ਝੂਠ ਬੋਲਿਆ ਹੋਵੇ, ਉਹ ਬਿਮਾਰ ਨਾ ਹੋਵੇ, ਪਰ ਮੈਡੀਕਲ ਸਰਟੀਫਿਕੇਟ ਬਣਾਉਣਾ ਕੋਈ ਬਹੁਤੀ ਔਖੀ ਗੱਲ ਵੀ ਨਹੀਂ ਭਾਰਤ ਦੇ ਵਿੱਚ, ਇਸ ਕਰਕੇ ਹੋ ਸਕਦਾ ਹੈ ਉਹਦੇ ਵੱਲੋਂ ਬਚਣ ਦੀ ਖਾਤਰ ਹੀ ਇਹ ਸਾਰਾ ਕੁਝ ਕੀਤਾ ਗਿਆ ਹੋਵੇ।
ਪਰ ਦੂਜੀ ਗੱਲ ਇਹ ਵੀ ਹੈ ਕਿ ਹੋ ਸਕਦਾ ਉਹ ਪਹਿਲਾਂ ਬਿਮਾਰ ਹੋਵੇ ਅਤੇ ਥੋੜ੍ਹਾ ਜਿਹਾ ਉਹਨੇ ਤੰਦਰੁਸਤ ਮਹਿਸੂਸ ਕੀਤਾ ਹੋਵੇ, ਇਸ ਕਰਕੇ ਉਹ ਆ ਗਿਆ ਹੋਵੇ ਟੀ ਵੀ ਚੈਨਲ ਦੇ ਉੱਤੇ। ਸੋ ਇਹ ਸਾਰੀਆਂ ਉਹ ਗੱਲਾਂ ਉਹ ਜਾਣਦਾ ਏ ਜਾਂ ਉਹਦੇ ਸਮਰਥਕ ਜਾਣਦੇ ਨੇ ਅਤੇ ਜਾਂ ਫਿਰ ਅਕਾਲੀ ਦਲ ਜਾਣਦਾ ਏ ਜਿਹਦੇ ਵੱਲੋਂ ਤਵਾ ਲਗਾਤਾਰ ਲਾਇਆ ਜਾਂਦਾ ਏ। ਪਰ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਲੋਕ ਲਗਾਤਾਰ ਤੇਲ ਅਤੇ ਤੇਲ ਦੀ ਧਾਰ ਦੇਖ ਰਹੇ ਨੇ। ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਲਗਾਤਾਰ ਹਮਦਰਦੀ ਦੀ ਭਾਵਨਾ ਪੈਦਾ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਕਿਉਂਕਿ ਆਮ ਲੋਕਾਂ ਦੀ ਪਾਰਟੀ ਹੈ, ਇਸ ਕਰਕੇ ਤਕੜੇ ਲੋਕਾਂ ਵੱਲੋਂ ਜਰਵਾਣਿਆਂ ਦੇ ਵੱਲੋਂ ਇਹਨਾਂ ਦੇ ਆਗੂਆਂ ਨੂੰ ਲਗਾਤਾਰ ਖੱਜਲ ਕੀਤਾ ਜਾ ਰਿਹਾ ਹੈ। ਵੈਸੇ ਆਮ ਆਦਮੀ ਪਾਰਟੀ ਦੀ ਜੇਕਰ ਅਸੀਂ ਨਿਰਪੱਖ ਤੌਰ 'ਤੇ ਗੱਲ ਕਰੀਏ ਤਾਂ ਇਹ ਇੰਨੀ ਵੀ ਆਮ ਬਾਕੀ ਨਹੀਂ ਬਚੀ, ਇਹਦੇ ਵੱਲੋਂ ਵੀ ਬੜੇ ਖਾਸ ਲੋਕਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਏ, ਜਿਹਦੇ ਕਰਕੇ ਕਈ ਤਰ੍ਹਾਂ ਦੀਆਂ ਆਲੋਚਨਾਵਾਂ ਦੀ ਸ਼ਿਕਾਰ ਆਮ ਆਦਮੀ ਪਾਰਟੀ ਹੋਈ ਹੈ। ਅਤੇ ਹੁਣੇ ਹੁਣੇ ਇਹ ਵੀ ਜਾਣਕਾਰੀ ਮਿਲੀ ਹੈ ਕਿ 4-5 ਵਾਰ ਤਰੀਕਾਂ ਬਦਲੀਆਂ ਜਾ ਚੁੱਕੀਆਂ ਨੇ ਆਮ ਆਦਮੀ ਪਾਰਟੀ ਵੱਲੋਂ ਆਪਣੀ ਪਹਿਲੀ ਸੂਚੀ ਉਮੀਦਵਾਰਾਂ ਦੀ ਜਾਰੀ ਕਰਨ ਦੇ ਮਾਮਲੇ ਵਿੱਚ, ਪਰ ਕਿਉਂਕਿ ਕਲੇਸ਼ ਬਹੁਤ ਵੱਡੇ ਪੱਧਰ ਦੇ ਉੱਤੇ ਹੈ ਇਸ ਕਰਕੇ ਇਹਨਾਂ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਸੂਚੀ ਨੂੰ ਰਿਲੀਜ਼ ਕਰਨ ਦੇ ਮਾਮਲੇ ਦੇ ਉੱਤੇ ਹਾਲੇ ਤੱਕ ਕੁਝ ਵੀ ਨਹੀਂ ਕੀਤਾ ਜਾ ਸਕਿਆ। ਗੱਲ ਬੇਸ਼ੱਕ ਅਸੀਂ ਵਿਰਸਾ ਸਿੰਘ ਵਲਟੋਹਾ ਦੀ ਕਰੀਏ, ਪ੍ਰੇਮ ਸਿੰਘ ਚੰਦੂ ਮਾਜਰਾ ਦੀ ਕਰੀਏ, ਸੁਖਬੀਰ ਸਿੰਘ ਬਾਦਲ ਦੀ ਕਰੀਏ, ਬਿਕਰਮ ਸਿੰਘ ਮਜੀਠੀਆ ਦੀ ਕਰੀਏ। ਆਮ ਤੌਰ 'ਤੇ ਕਹਿੰਦੇ ਨੇ ਕਿ ਹੱਥ ਧੋ ਕੇ ਪਿੱਛੇ ਪੈ ਗਿਆ, ਪਰ ਅਕਾਲੀ ਦਲ ਦੇ ਆਗੂ ਤਾਂ ਨਹਾ ਧੋ ਕੇ ਪਿੱਛੇ ਪਏ ਹੋਏ ਨੇ। ਵਕਤ ਦੱਸੇਗਾ ਕਿ ਇਸ ਮਾਮਲੇ ਦੇ ਵਿੱਚ ਹੋਰ ਕੀ ਕਰਵਟਾਂ ਬਦਲ ਕੇ ਸਾਹਮਣੇ ਆਉਂਦੀਆਂ ਨੇ। ਖਬਰਾਂ ਦੇ ਉੱਤੇ ਵਿਚਾਰ ਚਰਚਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਪਹਿਲਾਂ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ। ਜੱਜ ਦਾ ਵਿਚਾਰ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਚੱਲਦੇ ਹਾਂ ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਨ ਦੇ ਲਈ। ਨਵਾਂ ਜ਼ਮਾਨਾ ਅਖਬਾਰ ਦੇ ਵੱਲੋਂ ਅੱਜ ਇੱਕ ਵਿਸ਼ੇਸ਼ ਅਖਬਾਰ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਚੱਲਦੇ ਹਾਂ ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਨ ਦੇ ਲਈ। ਨਵਾਂ ਜ਼ਮਾਨਾ ਅਖਬਾਰ ਦੇ ਵੱਲੋਂ ਅੱਜ ਇੱਕ ਵਿਸ਼ੇਸ਼ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ ਜਿਹੜੀ ਕਿ ਨਵਜੋਤ ਸਿੰਘ ਸਿੱਧੂ ਅਤੇ ਅਰਵਿੰਦ ਕੇਜਰੀਵਾਲ ਦਰਮਿਆਨ ਹੋ ਰਹੀ ਗੰਢ ਧੁੱਪ ਦੇ ਨਾਲ ਸੰਬੰਧਿਤ ਹੈ। ਅਰਵਿੰਦ ਕੇਜਰੀਵਾਲ ਹੋਰੀ ਕਿਉਂਕਿ 10 ਦਿਨ ਦੇ ਲਈ ਗਏ ਨੇ ਛੁੱਟੀ ਦੇ ਉੱਤੇ, ਉਹ ਧਰਮਸ਼ਾਲਾ ਦੇ ਵਿੱਚ ਗਏ ਨੇ, ਕਹਿੰਦੇ ਨੇ ਕਿ ਉਹ ਮੈਡੀਟੇਸ਼ਨ ਦੀ ਖਾਤਰ ਉੱਥੇ ਗਏ ਨੇ, ਨਾ ਉਹਨਾਂ ਦੇ ਵੱਲੋਂ ਟੀ ਵੀ ਚੈਨਲ ਕੋਈ ਦੇਖਿਆ ਜਾਣਾ, ਨਾ ਕਿਸੇ ਅਖਬਾਰ ਨੂੰ ਪੜ੍ਹਿਆ ਜਾਣਾ ਅਤੇ ਨਾ ਹੀ ਉਹਨਾਂ ਨੇ ਕਿਸੇ ਪੱਤਰਕਾਰ ਦੇ ਨਾਲ ਕੋਈ ਗੱਲਬਾਤ ਕਰਨੀ ਹੈ। ਪਿਛਲੇ ਸਾਲ ਵੀ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਇਸੇ ਤਰੀਕੇ ਨਾਲ ਗਏ ਸਨ, ਪਰ ਨਵਾਂ ਜ਼ਮਾਨਾ ਦੇ ਵਿੱਚ ਇਹ ਗੱਲ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਅਰਵਿੰਦ ਕੇਜਰੀਵਾਲ ਹੋਰੀ ਮੈਡੀਟੇਸ਼ਨ ਦੇ ਨਾਂ ਦੇ ਉੱਤੇ ਸੰਘ ਦੇ ਵੱਲੋਂ ਕਹੇ ਗਏ ਫੁਰਮਾਨ ਨੂੰ ਆਪਣੇ ਜ਼ਿਹਨ ਦੇ ਵਿੱਚ ਭਰ ਰਹੇ ਨੇ। ਸੰਘ ਦੇ ਵੱਲੋਂ ਇਹ ਜਿਹੜੀਆਂ ਤਾਲਮੇਲ ਦੀਆਂ ਕੋਸ਼ਿਸ਼ਾਂ ਕਰਵਾਈਆਂ ਜਾ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਅਤੇ ਆਮ ਆਦਮੀ ਪਾਰਟੀ ਦਰਮਿਆਨ ਚੰਗੀ ਤਰ੍ਹਾਂ ਗੰਢ ਧੁੱਪ ਹੋ ਜਾਵੇ, ਚੰਗੀ ਤਰ੍ਹਾਂ ਇਹਨਾਂ ਦੀ ਗਲਵੱਕੜੀ ਪੈ ਜਾਵੇ। ਇਹ ਖਬਰ ਕਿਸ ਹੱਦ ਤੱਕ ਸਹੀ ਹੈ, ਕਿਸ ਹੱਦ ਤੱਕ ਗਲਤ ਹੈ ਕੁਝ ਕਹਿ ਨਹੀਂ ਸਕਦੇ, ਪਰ ਪ੍ਰਕਾਸ਼ਿਤ ਇਹਨੂੰ ਇਸ ਤਰੀਕੇ ਨਾਲ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਾਜਪਾ ਦੀ ਰਾਜ ਸਭਾ ਮੈਂਬਰੀ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਵਿਚਾਲੇ ਸਿਆਸੀ ਸੌਦਾ ਅਜੇ ਕਿਤੇ ਤਣ ਪੱਤਣ ਨਹੀਂ ਲੱਗ ਸਕਿਆ ਅਤੇ ਹੁਣ RSS ਨੇ ਇਹ ਮਾਮਲਾ ਆਪਣੇ ਹੱਥ ਵਿੱਚ ਲੈ ਲਿਆ ਹੈ। ਕੇਜਰੀਵਾਲ ਅਤੇ ਸਿੱਧੂ ਵਿਚਾਲੇ ਕਈ ਗੇੜਾਂ ਦੀ ਗੱਲਬਾਤ ਹੋ ਚੁੱਕੀ ਹੈ, ਪਰ ਸਿੱਧੂ ਇਸ ਗੱਲ ਉੱਤੇ ਅੜ ਗਿਆ ਹੈ ਕਿ ਉਸ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਜਾਵੇ। ਪਰ ਕੇਜਰੀਵਾਲ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਦੀ ਇਹ ਨੀਤੀ ਰਹੀ ਹੈ ਕਿ ਕਿਸੇ ਨੂੰ ਵੀ ਸ਼ਰਤਾਂ ਤਹਿਤ ਪਾਰਟੀ ਵਿੱਚ ਸ਼ਾਮਿਲ ਨਹੀਂ ਕੀਤਾ ਜਾਏਗਾ। ਆਮ ਆਦਮੀ ਪਾਰਟੀ ਅੰਦਰਲੇ ਸੂਤਰਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਹੈ, ਹਾਲਾਂਕਿ ਸਿੱਧੂ ਨੇ ਅਜੇ ਤੱਕ ਇਸ ਮਾਮਲੇ ਦੇ ਵਿੱਚ ਲੱਤ ਨਹੀਂ ਲਾਈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਅਸੀਂ ਇਹ ਗੱਲ ਕਹਾਂਗੇ, ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਕੇ ਸਿਆਸੀ ਤੂਫਾਨ ਜ਼ਰੂਰ ਲੈ ਆਉਂਦਾ ਭਾਰਤ ਦੇ ਵਿੱਚ, ਪਰ ਹੁਣ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਸਿੱਧੂ ਹੋਰੀ ਜਿਸ ਤਰੀਕੇ ਦੇ ਨਾਲ ਆਪਣੀ ਕੋਈ ਵੀ ਪੱਤੇ ਖੇਲਣ ਤੋਂ ਦੇਰ ਪਾਈ ਜਾਂਦੇ ਆ, ਇਹਦੇ ਭਵਿੱਖ ਦੇ ਵਿੱਚ ਇਹਨਾਂ ਦੇ ਹੱਕ 'ਚ ਨਤੀਜੇ ਨਹੀਂ ਆਉਣਗੇ। ਕਈ ਲੋਕ ਇਹ ਵੀ ਮੰਨਦੇ ਨੇ, ਭਰੋਸੇਯੋਗ ਸੂਤਰੇ ਕਹਿੰਦੇ ਨੇ ਕਿ 12 ਤਰੀਕ ਨੂੰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਵਾਪਸ ਆ ਜਾਣਾ 10 ਦਿਨ ਦੀ ਛੁੱਟੀ ਕੱਟ ਕੇ।
ਹੋ ਸਕਦਾ 13 ਜਾਂ 14 ਤਰੀਕ ਨੂੰ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦਾ ਝਾੜੂ ਚੁੱਕ ਵੀ ਲੈਣ। ਪਰ ਰੌਲਾ ਫਿਰ ਉੱਥੇ ਹੀ ਆ ਕੇ ਮੁੱਕਦਾ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਦੀਆਂ ਸ਼ਰਤਾਂ ਮੰਨੀਆਂ ਜਾਣਗੀਆਂ ਆਮ ਆਦਮੀ ਪਾਰਟੀ ਵੱਲੋਂ, ਜਾਂ ਕੀ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਵੱਲੋਂ ਕੀਤੀਆਂ ਗਈਆਂ ਤਿਲ ਫੁੱਲ ਪੇਸ਼ਕਸ਼ਾਂ ਨੂੰ ਸਵੀਕਾਰ ਕਰਨਗੇ। ਸੁਣਨ ਵਿੱਚ ਇਹ ਵੀ ਆਇਆ ਕਿ ਨਵਜੋਤ ਸਿੰਘ ਸਿੱਧੂ ਨੂੰ ਚੋਣ ਨਹੀਂ ਲੜਾਈ ਜਾਏਗੀ, ਇਹਨਾਂ ਦੇ ਕੋਲੋਂ ਸਿਰਫ ਪ੍ਰਚਾਰ ਕਰਾਇਆ ਜਾਏਗਾ ਅਤੇ ਇਹਨਾਂ ਦੀ ਧਰਮ ਪਤਨੀ ਨੂੰ ਪੰਜਾਬ ਦੇ ਵਿੱਚ ਕੋਈ ਚੰਗੇ ਅਹੁਦੇ ਨਾਲ ਨਿਵਾਜ਼ਿਆ ਜਾਏਗਾ। ਕੀ ਹੋਏਗਾ ਕੀ ਨਹੀਂ ਹੋਏਗਾ ਬਹੁਤੀ ਭਵਿੱਖਬਾਣੀ ਕੀਤੀ ਨਹੀਂ ਜਾ ਸਕਦੀ, ਪਰ ਇਸ ਖਬਰ ਨੇ ਸਵਾਲ ਜ਼ਰੂਰ ਖੜ੍ਹਾ ਕੀਤਾ ਹੈ ਕਿ ਸੰਘ ਦੇ ਵੱਲੋਂ ਜੇਕਰ ਨਵਜੋਤ ਸਿੰਘ ਸਿੱਧੂ ਅਤੇ ਕੇਜਰੀਵਾਲ ਦੀ ਮੁਲਾਕਾਤ ਕਰਵਾਈ ਜਾ ਰਹੀ ਹੈ ਤਾਂ ਇਹਦੇ ਪਿੱਛੇ ਕੀ ਕਾਰਨ ਹੋਇਆ, ਦੋਸਤੀ ਨੂੰ ਪੱਕਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ, ਇਹਦੇ ਪਿੱਛੇ ਕੀ ਕਾਰਨ ਹੋਇਆ। ਪਰ ਬਹੁਤੇ ਲੋਕ ਇਹ ਵੀ ਕਹਿੰਦੇ ਨੇ ਕਿ ਸੰਘ ਦਾ ਇੱਕੋ ਇੱਕ ਮਨਸ਼ਾ ਹੈ ਭਾਰਤ ਦੇ ਵਿੱਚ ਕਿ ਭਾਰਤ ਨੂੰ ਕਾਂਗਰਸ ਮੁਕਤ ਕਰਨਾ ਹੈ, ਇਸ ਮਨਸ਼ੇ ਦੇ ਤਹਿਤ ਇਹਨਾਂ ਵੱਲੋਂ ਕੁਝ ਵੀ ਕੀਤਾ ਜਾ ਸਕਦਾ ਹੈ। ਭਾਰਤ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੀ ਭਾਲ ਦੇ ਵਿੱਚ ਬੜੀਆਂ ਥਾਵਾਂ ਦੇ ਉੱਤੇ ਜਾਣਾ ਪੈਂਦਾ ਹੈ, ਪਰ ਜਦੋਂ ਖਾੜੀ ਦੇਸ਼ਾਂ ਦੀ ਗੱਲ ਆਉਂਦੀ ਹੈ ਤਾਂ ਉੱਥੇ ਸਾਡੀ ਜਵਾਨੀ ਨੂੰ, ਭਾਰਤ ਦੇ ਲੋਕਾਂ ਨੂੰ ਜਿਸ ਕਦਰ ਖੱਜਲ ਕੀਤਾ ਜਾਂਦਾ ਹੈ, ਬਿਨਾਂ ਤਨਖਾਹ ਤੋਂ ਕੰਮ ਲਿਆ ਜਾਂਦਾ ਹੈ, ਪਾਸਪੋਰਟ ਉਹਨਾਂ ਦੇ ਜ਼ਬਤ ਕਰ ਲਏ ਜਾਂਦੇ ਨੇ, ਉਹਨਾਂ ਨੂੰ ਦੋ ਵਕਤ ਦੀ ਰੋਟੀ ਵੀ ਵੇਲੇ ਸਿਰ ਨਹੀਂ ਦਿੱਤੀ ਜਾਂਦੀ, ਬਿਮਾਰਾਂ ਨੂੰ ਇਲਾਜ ਨਹੀਂ ਦਿੱਤਾ ਜਾਂਦਾ, ਉਹ ਸਵਾਲ ਬਹੁਤ ਵੱਡੇ ਬਣ ਜਾਂਦੇ ਨੇ ਅਤੇ ਬਾਅਦ ਦੇ ਵਿੱਚ ਪੀੜਤ ਪਰਿਵਾਰਕ ਮੈਂਬਰ ਸਰਕਾਰਾਂ ਦੇ ਕੋਲੋਂ ਮੰਗ ਕਰਦੇ ਨੇ ਕਿ ਸਾਨੂੰ ਪੈਸੇ ਦੀ ਜ਼ਰੂਰਤ ਨਹੀਂ ਹੈ, ਸਾਡੇ ਪਰਿਵਾਰ ਦੇ ਜੀਆਂ ਨੂੰ ਹੀ ਵਾਪਸ ਭਾਰਤ ਦੇ ਵਿੱਚ ਲੈ ਆਂਦਾ ਜਾਵੇ, ਅਸੀਂ ਤੁਹਾਡੇ ਇਸ ਗੱਲੋਂ ਹੀ ਧੰਨਵਾਦੀ ਹੋਵਾਂਗੇ। ਲੰਘੇ ਕੱਲ੍ਹ ਚੰਡੀਗੜ੍ਹ ਦੇ ਪ੍ਰੈਸ ਕਲੱਬ ਦੇ ਵਿੱਚ ਕੁਝ ਪਰਿਵਾਰਕ ਮੈਂਬਰਾਂ ਨੇ ਇੱਕ ਪ੍ਰੈਸ ਮਿਲਣੀ ਕੀਤੀ ਹੈ, ਪੱਤਰਕਾਰਾਂ ਦੇ ਮੂਹਰੇ ਆਪਣਾ ਦੁੱਖੜਾ ਰੋਇਆ ਏ ਕਿ ਲੁਧਿਆਣੇ ਦੇ ਇੱਕ ਏਜੰਟ ਦੇ ਵੱਲੋਂ ਲੀਬੀਆ ਦੇ ਵਿੱਚ ਸਾਡੇ ਪਰਿਵਾਰਕ ਮੈਂਬਰਾਂ ਨੂੰ, ਤਿੰਨ ਨੌਜਵਾਨਾਂ ਨੂੰ ਫਸਾ ਦਿੱਤਾ ਗਿਆ ਏ, ਨਾ ਤਾਂ ਕੋਈ ਉਹਨਾਂ ਨੂੰ ਪੈਸਾ ਮਿਲਦਾ ਏ, ਨਾ ਉਹਨਾਂ ਬਿਮਾਰਾਂ ਨੂੰ ਇਲਾਜ ਮਿਲਦਾ ਏ। ਇਸ ਕਰਕੇ ਸਾਡੀ ਫਰਿਆਦ ਹੈ ਕਿ ਇਹਨਾਂ ਤਿੰਨਾਂ ਜਣਿਆਂ ਨੂੰ ਵਾਪਸ ਭਾਰਤ ਦੇ ਵਿੱਚ ਲਿਆਉਣ ਦੇ ਲਈ ਸਰਕਾਰ ਦੇ ਵੱਲੋਂ ਯਤਨ ਕੀਤੇ ਜਾਣ। ਅਤੇ ਜਗਬਾਣੀ ਅਖਬਾਰ ਨੇ ਇਸ ਖਬਰ ਨੂੰ ਇਸ ਤਰੀਕੇ ਨਾਲ ਪ੍ਰਕਾਸ਼ਿਤ ਕੀਤਾ ਕਿ ਲੀਬੀਆ ਵਿੱਚ ਫਸੇ ਪੰਜਾਬ ਦੇ ਤਿੰਨ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਨੂੰ ਬੇਨਤੀ ਕਰਦਿਆਂ ਉਹਨਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਇਹ ਨੌਜਵਾਨ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਨੇ। ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਰੀ ਕਹਾਣੀ ਬਿਆਨ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲਤਾਲਾ ਦੇ ਸਰਬਜੀਤ ਸਿੰਘ, ਬਵਾਣੀ ਦੇ ਟੀਟੂ ਬਾਂਸਲ ਅਤੇ ਘਲੋਟੀ ਦੇ ਮਲਕੀਤ ਸਿੰਘ ਨੂੰ ਅਪ੍ਰੈਲ 2016 ਵਿੱਚ ਟਰੈਵਲ ਏਜੰਟ ਲੀਬੀਆ ਲੈ ਗਏ ਸਨ ਅਤੇ ਉੱਥੇ ਅਲਬਰਾਜ ਨਾਂ ਦੀ ਤੇਲ ਕੰਪਨੀ ਵਿੱਚ ਨੌਕਰੀ ਦਿੱਤੀ ਸੀ ਅਤੇ ਬੇਸ਼ੱਕ ਇਹਨਾਂ ਨੂੰ ਗਿਆਨ ਨੂੰ ਅਜੇ ਬਹੁਤੇ ਮਹੀਨੇ ਨਹੀਂ ਹੋਏ, ਪਰ ਇਹਨਾਂ ਦੇ ਵੱਲੋਂ ਇੱਕ ਵੀਡੀਓ ਹੈ ਜਿਹੜੀ ਉਹ ਮੀਡੀਆ ਦੇ ਵਿੱਚ ਅਪਲੋਡ ਕੀਤੀ ਗਈ ਹੈ, ਜਿਹਦੇ ਕਰਕੇ ਅਸੀਂ ਬੇਹੱਦ ਫਿਕਰਮੰਦ ਹਾਂ ਕਿ ਪਤਾ ਨਹੀਂ ਇਹਨਾਂ ਵਿਚਾਰਿਆਂ ਦਾ ਭਵਿੱਖ ਕੀ ਹੋਏਗਾ, ਇਹਨਾਂ ਵਿਚਾਰਿਆਂ ਨੂੰ ਕੋਈ ਦਵਾਈ ਬੂਟੀ ਦਿੱਤੀ ਜਾਏਗੀ, ਕੋਈ ਤਨਖਾਹ ਦਿੱਤੀ ਜਾਏਗੀ, ਰੋਟੀ ਟੁੱਕ ਵੇਲੇ ਸਿਰ ਦਿੱਤਾ ਜਾਏਗਾ ਜਾਂ ਫਿਰ ਨਹੀਂ। ਅਤੇ ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਅਸੀਂ ਇਹ ਗੱਲ ਜ਼ਰੂਰ ਕਹਾਂਗੇ ਕਿ ਏਜੰਟਾਂ ਦੇ ਟੇਟੇ ਚੜ੍ਹ ਚੜ੍ਹ ਕੇ ਅਸੀਂ ਪੰਜਾਬੀ ਲੋਕਾਂ ਨੇ ਆਪਣੀ ਜ਼ਮੀਨ ਵੀ ਬਰਬਾਦ ਕਰ ਲਈ, ਖੁਸ਼ੀਆਂ ਵੀ ਬਰਬਾਦ ਕਰ ਲਈਆਂ, ਪਰਿਵਾਰਕ ਸਾਂਝਾਂ ਵੀ ਬਰਬਾਦ ਕਰ ਲਈਆਂ ਅਤੇ ਆਰਥਿਕਤਾ ਨੂੰ ਤਾਂ ਖੋਰਾ ਸਾਡੀ ਨੂੰ ਲੱਗਣਾ ਹੀ ਲੱਗਣਾ ਸੀ। ਲੀਬੀਆ ਦੀ ਸਿਰਫ ਇਹ ਇੱਕ ਉਦਾਹਰਣ ਨਹੀਂ, ਸਾਊਦੀ ਅਰਬ ਦੇ ਵਿੱਚੋਂ ਵੀ ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ, ਦੁਬਈ ਦੇ ਵਿੱਚੋਂ ਵੀ ਇਹੋ ਜਿਹੀਆਂ ਆਉਂਦੀਆਂ ਨੇ, ਆਬੂ ਧਾਬੀ ਦੇ ਵਿੱਚੋਂ ਵੀ ਇਹੋ ਜਿਹੀਆਂ ਆਉਂਦੀਆਂ ਨੇ ਅਤੇ ਕੁਵੈਤ ਦੇ ਵਿੱਚੋਂ ਵੀ ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ। ਪਰ ਜੇਕਰ ਸਾਡਾ ਕੋਈ ਪਰਿਵਾਰਕ ਮੈਂਬਰ ਸਹੀ ਤਰੀਕੇ ਦੇ ਨਾਲ ਪੈਸੇ ਭੇਜਣ ਲੱਗ ਜਾਂਦਾ ਉੱਧਰ ਜਾ ਕੇ, ਫਿਰ ਅਸੀਂ ਕਿਸੇ ਦੇ ਕੋਲ ਕੰਨੋ ਕੰਨ ਇਹ ਖਬਰ ਨਹੀਂ ਭੇਜਦੇ, ਪਰ ਜਦੋਂ ਅਸੀਂ ਦੁਖੀ ਮਹਿਸੂਸ ਕਰਦੇ ਹਾਂ ਫਿਰ ਅਸੀਂ ਕਹਿੰਦੇ ਹਾਂ ਕਿ ਸਰਕਾਰਾਂ ਸਾਡੀ ਮਦਦ ਕਰਨ ਅਤੇ ਸਾਨੂੰ ਟਰੈਵਲ ਏਜੰਟ ਨੇ ਲੁੱਟ ਪੁੱਟ ਕੇ ਖਾ ਲਿਆ ਹੈ। ਸਾਨੂੰ ਆਪਣੀ ਸੋਚ ਵੀ ਬਦਲਣ ਦੀ ਜ਼ਰੂਰਤ ਹੈ। ਜੇਕਰ ਅਸੀਂ 1.5-2.5 ਲੱਖ ਰੁਪਇਆ ਲਗਾ ਕੇ ਲੀਬੀਆ ਦੇ ਵਿੱਚ ਜਾਂਦੇ ਹਾਂ, ਕੁਵੈਤ ਦੇ ਵਿੱਚ ਜਾਂਦੇ ਹਾਂ, ਈਰਾਨ ਦੇ ਵਿੱਚ ਜਾਂਦੇ ਹਾਂ, ਤਾਂ ਸਾਨੂੰ ਉਨੇ ਕੁ ਪੈਸਿਆਂ ਦੇ ਨਾਲ ਇੱਥੇ ਕੰਮ ਕਰ ਲੈਣਾ ਚਾਹੀਦਾ ਹੈ ਪੰਜਾਬ ਦੇ ਵਿੱਚ। ਜੇਕਰ ਅਸੀਂ 20-20 ਲੱਖ ਰੁਪਇਆ ਲਾ ਕੇ ਕੈਨੇਡਾ ਅਮਰੀਕਾ ਦੇ ਵਿੱਚ ਜਾਂਦੇ ਹਾਂ ਤਾਂ ਇਹ ਵੀ ਸੋਚਣਾ ਚਾਹੀਦਾ ਹੈ ਕਿ ਇਹਨਾਂ ਪੈਸਿਆਂ ਦੇ ਵਿਆਜ ਦੇ ਨਾਲ ਇੱਥੇ ਵੀ ਕੋਈ ਨਾ ਕੋਈ ਕੰਮ ਚੱਲ ਸਕਦਾ ਹੈ। ਪਰ ਕਿਉਂਕਿ ਸਾਡੀ ਮਾਨਸਿਕਤਾ ਇਹ ਬਣ ਚੁੱਕੀ ਆ ਕਿ ਅਸੀਂ ਇੱਧਰ ਪੰਜਾਬ ਦੇ ਵਿੱਚ ਡੱਕਾ ਤੋੜਨਾ ਨਹੀਂ ਪਰ ਵਿਦੇਸ਼ਾਂ ਦੇ ਵਿੱਚ ਅਸੀਂ ਕੋਈ ਵੀ ਕੰਮ ਕਰਨ ਦੇ ਲਈ ਰਾਜ਼ੀ ਹੁੰਦੇ ਹਾਂ, ਇਸ ਕਰਕੇ ਸਿੱਟੇ ਕਈ ਵਾਰ ਉਮੀਦ ਤੋਂ ਉਲਟ ਵੀ ਨਿਕਲ ਆਉਂਦੇ ਨੇ। ਪਰ ਫਿਰ ਵੀ ਇਨਸਾਨੀਅਤ ਦੇ ਨਾਂ ਦੇ ਉੱਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਵੱਖ-ਵੱਖ ਮੁਲਕਾਂ ਦੇ ਵਿੱਚ ਫਸੇ ਹੋਏ ਪੰਜਾਬੀਆਂ ਨੂੰ ਵਾਪਸ ਆਪਣੇ ਵਤਨ ਲੈ ਕੇ ਆਉਣ ਦੇ ਲਈ ਕੋਈ ਨਾ ਕੋਈ ਯਤਨ ਜ਼ਰੂਰ ਅਪਣਾਇਆ ਜਾਵੇ। ਅਤੇ ਖਬਰਾਂ ਕੁਝ ਹੋਰ ਵੀ ਸਨ ਦੋਸਤੋ, ਪਰ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਪ੍ਰੋਗਰਾਮ ਖਬਰਸਾਰ ਦੇ ਤਹਿਤ ਕੁਝ ਨਵੀਆਂ ਨਕੋਰ ਖਬਰਾਂ ਫਿਰ ਲੈ ਕੇ ਹਾਜ਼ਰ ਹੋਵਾਂਗੇ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ। ਉਦੋਂ ਤੱਕ ਲਈ ਦਿਓ ਆਗਿਆ, ਤੁਹਾਡੀ ਬਹੁਤ ਬਹੁਤ ਮਿਹਰਬਾਨੀ।